ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਹੁਣ ਆਪਾਂ ਆਪਣੇ ਦਰਸ਼ਕਾਂ ਲਈ ਜਿਹੜੀਆਂ ਈਮੇਲਸ ਨੇ ਜਾਂ ਫੇਸਬੁੱਕ ਮੈਸੇਜ ਨੇ ਉਹੀ ਲਵਾਂਗੇ ਉਸ ਤੋਂ ਬਾਅਦ ਅੱਜ ਦਾ ਵਿਚਾਰ ਹੋਵੇਗਾ ਜੀ ਡਾਕਟਰ ਸਾਹਿਬ ਮੈਂ ਦੇਖਦੀ ਹਾਂ ਜੀ ਪਹਿਲਾਂ ਨਵਾਜ਼ ਚੌਧਰੀ ਲਿਖਦੇ ਨੇ ਖਾਲਸਤਾਨ ਜ਼ਿੰਦਾਬਾਦ ਇਨਸ਼ਾਅੱਲਾ ਪਾਕਿਸਤਾਨ ਜ਼ਿੰਦਾਬਾਦ ਇਨਸ਼ਾਅੱਲਾ ਨਾਓ देयर इज ਮੈਨੀ ਮੈਨੀ ਮੋਰ ਜ਼ਿੰਦਾਬਾਦ ਆਈ ਹਰਡ ਇਨ ਸੈਵਨ ਸਿਸਟਰ ਏਰੀਆਸ ਇਨ ਨਾਰਥ ਈਸਟ ਦੀਆਂ ਸਤ ਸਟੇਟਾਂ ਦੀ ਗੱਲ ਕਰਦੇ ਨੇ ਗੁੱਡ ਜੌਬ ਡਾਕਟਰ ਸਾਹਿਬ ਐਂਡ ਟੀਵੀ ਟੀਵੀ 84 ਵੈਲਡਾ ਜੀ ਡਾਕਟਰ ਸਾਹਿਬ ਕਸ਼ਮੀਰ ਵਰ ਕਲਿਖਤੇ ਨੇ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਇਤਰਾ ਜਿਸ ਤਰ੍ਹਾਂ ਕਿ ਖਾਲਸ탄 ਜਿੰਦਾਬਾਦ ਦੇ ਨਾਅਰੇ ਗੁਜਾਂਦੇ ਨੇ ਹਾਂਜੀ ਅ ਗੇ ਕਿਰਪਾਲ ਚੀਮਾ ਜੀ ਲਿਖਦੇ ਹਨ ਦਿਸ ਇਜ਼ ਅ ਡਰਾਈਟ ਸਟੈਪ ਐਟ ਰਾਈਟ ਟਾਈਮ ਟੂ ਪ੍ਰੋਟੈਕਟ आवर ਰਿਲੀਜੀਅਸ ਪਲੇਸ ਫਰਮ ਕਰਪਟ ਸਿਸਟਮ ਜੀ ਬਹੁਤ ਸ਼ੁਕਰੀਆ ਕਿ ਵੀ ਬਜਾਏ ਕਿ ਇੰਡੀਅਨ ਐਮਬੈਸੀਜ਼ اور ਦੂਜੀਆਂ ਇੰਟਰਫੀਅਰ ਕਰਨ ਔਰ ਆਪਣੀ ਕਰਪਟ ਸਿਸਟਮ ਨੂੰ ਸਾਡੇ ਚ ਲੈ ਆ ਕੇ ਵਾਰੜ ਕੇ ਦਫੇੜ ਪਾਉਣ ਇਹਨਾਂ ਨੂੰ ਚੈੱਕ ਕਰਨ ਦੀ ਗੱਲ ਕੀਤੀ ਹੈ ਸ਼ੁਕਰੀਆ ਜੀ ਜੀ ਮਨਿੰਦਰ ਸਿੰਘ ਬਾਲਵਾਲਿਕਤੇ ਨੇ ਭਾਈ ਸਾਹਿਬ ਜੀ ਸਹੀ ਗੱਲ ਹੈ ਮੇਰੇ ਕਈ ਦੋਸਤ ਜੋ ਭਾਰਤੀ ਫੋਰਸ ਚ ਹਨ ਉਹ ਵੀ ਖਾਲਸਾਣ ਦੇ ਹੱਕ ਚ ਹਨ ਬਸ ਮੌਕਾ ਉਡੀਕਦੇ ਹਨ ਆਜ਼ਾਦੀ ਲਈ ਵੀਰ ਪ੍ਰਦੀਪ ਸਿੰਘ ਕਾਲੂ ਉਹਨਾਂ ਨੇ ਡਾਕਟਰ ਉਦੋਕੇ ਦੇ ਹਵਾਲੇ ਨਾਲ ਕਿਹਾ ਵੀ ਕਈ ਉਹਨਾਂ ਨੂੰ ਆਰਐਸਐਸ ਨਾਲ ਜੋੜਨਾ ਚਾਹੁੰਦੇ ਨੇ ਦੇਖੋ ਮੈਂ ਸਮਝਦਾ ਵੀ ਇਹ ਵਕਤ ਹੈ ਕਿ ਅਸੀਂ ਇਸ ਸਾਰਿਆਂ ਚ ਉਹ ਨਾਲ ਨੇ ਉਹ ਸਾਡੇ ਨਾਲ ਵੀ ਲੱਗੇ ਹੁੰਦੇ ਨੇ ਦੂਜਿਆਂ ਨਾਲ ਵੀ ਉਹ ਵੀ ਉਹਨਾਂ ਨੇ ਟਾਰਗੇਟ ਕਰਨਾ ਹੁੰਦਾ ਹੈ ਅਸੀਂ ਆਪਣਾ ਫੋਕਸ ਆਪਣੇ ਨਿਸ਼ਾਨੇ ਤੇ ਰੱਖੀਏ ਵਕਤ ਆਪਣੇ ਆਪ ਚ ਆਨਸਰ ਹੁੰਦਾ ਹੈ ਕਿ ਕੌਣ ਪੰਥਕ ਹੈ ਤੇ ਕੌਣ ਪੰਥ ਵਿਰੋਧੀ ਹੈ ਜੀ ਸੁਖਵਿੰਦਰ ਸਿੰਘ ਪੁੱਲਰ ਲਿਖਦੇ ਹਨ ਵਾਈ ਗੁਰ ਜੀ ਮੇਗਰਾਜ ਸਿੰਘ ਲਿਖਦੇ ਹਨ ਵੈਰੀ ਗੁੱਡ ਵਰਕਿੰਗ ਐਂਡ ਵੈਰੀ ਸਟਰੋਂਗ ਵਰਕਿੰਗ ਟੀਵੀ ਰਿਪੋਰਟ ਆਲਵੇਜ਼ ਜੀ ਹਰਮੇਲ ਸਿੰਘ ਲਿਖਦੇ ਹਨ ਖਾਲਸਤਾਨ ਇਜ਼ ਓਨਲੀ ਸੋਲੂਸ਼ਨ ਅਮਰਿਤ ਸਿੰਘ ਸਿੰਦਰ ਲਿਖਦੇ ਹਨ ਓਨਲੀ ਸੋਲਿਊਸ਼ਨ ਖਾਲਸਾਣ ਕੁਲਦੀਪ ਸਿੰਘ ਖੰਮ ਲਿਖਦੇ ਹਨ ਵੈਗਜੀਕਾ ਖਾਲਸਾ ਵੈਗਜੀਕੀ ਫਤਿਹ ਐਂਡ ਟੀਵੀ 84 ਅਮਰਿਤਕੌਰ ਲਿਖਦੇ ਹਨ ਖਾਲਸਾ ਜਿੰਦਾਬਾਦ ਅਮਰਜੀਤ ਸਿੰਘ ਖਾਲਸਾਣੀ ਲਿਖਦੇ ਹਨ ਸ਼ਾ ਮੁਹੰਮਦਾ ਗਲ ਹੋਈ ਹੋਣੀ ਜੋ ਕਰੇਗਾ ਖਾਲਸਾ ਪੰਥ ਪੰਥ ਮੀਆਂ ਸ਼ਾ ਮੁਹੰਮਦਾ ਗਲ ਉਹ ਹੀ ਹੋਣੀ ਨਾ ਗਲਤ ਸੋਈ ਹੋਣੀ ਸਤਿ ਹੋਈ ਹੈ ਕਿ ਤੇ ਸੋਈ ਹੈ ਓਕੇ ਕਰੇਗਾ ਖਾਲਸਾ ਅਮਨਦੀਪ ਸਿੰਘ ਲਿਖਿ ਲ ਸਿੰਘ ਲਿਖਦੇ ਹਨ ਅ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫੱਟੇ ਹਾਂ ਮੈਂ ਦੇਖ ਰਿਹਾ ਮਿੰਟ 3 ਰਹਿ ਗਏ ਨੇ ਠੀਕ ਹੈ ਓਕੇ ਰੋਹਤਸਿੰਦਰ ਸਿੰਘ ਅਮਨਦੀਪ ਸਿੰਘ ਗੁਰਪ੍ਰੀਤ ਸਿੰਘ ਨਰਮਜੀਤ ਸਿੰਘ ਹਟੜਾ ਮਰਜੀਤ ਬਾਜਵਾ ਬਲਹਾਰ ਸਿੰਘ ਕੰਨ ਜਸਵਿੰਦਰ ਸਿੰਘ ਅਕਬਰ ਜ਼ਮਜ਼ਮਾ ਸਾਦੂ ਸਿੰਘ ਸਿੰਘ ਹਰਜੀਤ ਆ ਦੀਪਕ ਪੰਡਾਰੀ ਪਰਮਿੰਦਰ ਤਨਵਾ ਕਿਰਪਾਲ ਚੀਮਾ ਅੰਗਰੇਜ਼ ਸਿੰਘ ਨਛੱਤਰ ਗਿੱਲ ਰਣਜੋਤ ਸਿੰਘ ਹਿੰਮਤ ਸਿੰਘ ਉਹਨਾਂ ਨੇ ਅਪਰੀਸ਼ੀਏਟ ਕੀਤਾ ਬਹੁਤ ਸ਼ੁਕਰੀਆ ਅਸੀਂ ਤੁਹਾਡੀ ਹਿੰਮਤ ਦੀਦਾ ਬੰਨੇ ਖਾਲਸਾ ਸਿੰਘ ਕੁਲਜੀਤ ਵਾਇਰ ਜੀ ਦਾ ਖਾਲਸਾ ਸਾਵਾ ਵਾਇਰ ਜੀ ਕੀ ਫਤਿਹ ਅ ਦੂਸਰੇ ਸੈਗਮੈਂਟ ਵੀ ਮੈਸੇਜ ਨੇ ਪਰ ਅਸੀਂ ਹੁਣ ਅੱਜ ਦੇ ਵਿਚਾਰ ਵੱਲ ਆਉਂਦੇ ਆ ਜੀ ਦਰਸਬ ਕੀ ਕਹਿਣਾ ਤੁਹਾਡਾ ਪਾਈ ਗੁਰਦਾਸ ਜੀ ਦਾ ਕਬਿਤ ਸਵਈਆ ਬ੍ਰਿਜ ਪਾਸ਼ਾ ਚ 201 200 ਅਸੀਂ ਕੰਪਲੀਟ ਕਰ ਰਹੇ ਨੇ ਕਾਫੀ ਧੀਰ ਬਾਅਦ ਇਹਨਾਂ ਦੀ ਵਾਰੀ ਆਏ ਸੋਮਵਾਰ ਸਾਡਾ ਮਿਸ ਹੋ ਜਾਂਦਾ ਸੀ ਸ਼ਬਦ ਸੁਰਤਹੀਨ पशुआ पवित्र दे खड़ खाए अमृत प्रवाह को सुव है गोबर गोमूत्र सूत्र परम पवित्र पय मानस नखिद, अमृत अप्याओ है बचन विवेक टेक, साधन के साध पय अधम असाध खल बचन दुराओ है रसना अमृत रस रसक रसायन हुए ਮਾਨਸ ਬਖੇਤਰ ਬਖਮ ਬਖਤਾਉ ਹੈ ਜੀ ਮੈਂ ਇੱਕ ਆਪਣੇ ਬਜ਼ੁਰਗਾਂ ਦੇ ਮੂੰਹ ਇਹ ਸੁਣਿਆ ਸੀ ਉਹਨਾਂ ਨੇ ਕਹਿਣਾ ਵੀ ਬੰਦੇ ਨਾਲੋਂ ਤਾਂ ਪਸ਼ੂ ਚੰਗਾ ਹੈ ਜੇ ਅਸੀਂ ਕਿਸੇ ਦੇ ਕੰਮ ਨਹੀਂ ਆਉਂਦੇ ਪਸ਼ੂ ساری ਜ਼ਿੰਦਗੀ ਵੀ ਜਿਹੜਾ ਉਹ ਮਦਦ ਤੇ ਰਹਿੰਦਾ ਹੈ ਬੰਦਿਆਂ ਦੇ ਕੰਮ ਆਉਂਦਾ ਤੇ ਮਰਨ ਤੋਂ ਬਾਅਦ ਉਹਦੇ ਚਮੜੇ ਦੀਆਂ ਜੁੱਤੀਆਂ ਬਣਦੀਆਂ ਨੇ ਜੀ ਔਰ ਮੈਂ ਅੱਜ ਜਦੋਂ ਪੜ ਰਿਹਾ ਸੀ ਪਾਏ ਗੁਰਦਾਸ ਜੀ ਦੇ ਇਸ ਕਵਿਤ ਨੂੰ ਤੇ ਐਗਜ਼ੈਕਟਲੀ ਉਹਨਾਂ ਨੇ ਉਹ ਲੋਕ ਉਹ ਬੰਦੇ ਜਿਹੜੇ ਨਾ ਸ਼ੁਕਰੇ ਨੇ ਬਿਲਕੁਲ ਰੱਬ ਨਾਲੋਂ ਟੁੱਟੇ ਹੋਏ ਨੇ ਉਹਨਾਂ ਦਾ ਕੰਪੈਰੀਜ਼ਨ ਕੀਤਾ ਹੈ ਪਸ਼ੂਆਂ ਦੇ ਨਾਲ ਪਾਈ ਸਾਹਿਬ ਕਹਿੰਦੇ ਨੇ ਸ਼ਬਦ ਸੁਰਤ ਹੀਨ ਪਸ਼ੂਆ ਪਵਿੱਤਰ ਦੇ ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਜਿਨ੍ਹਾਂ ਦੀ ਸੁਰਤ ਦੇ ਵਿੱਚ ਸ਼ਬਦ ਨਹੀਂ ਹੈ ਰੱਬ ਨਾਲੋਂ ਟੁੱਟੇ ਹੋਏ ਨੇ ਉਨਾ ਦੀ ਦੇ ਨਾਲੋਂ ਪਸ਼ੂ ਦੀ ਦੇ ਪਵਿੱਤਰ ਹੈ ਜੀ ਪਸ਼ੂ ਜਿਹੜਾ ਉਹ ਜ਼ਿਆਦਾ ਕੀਮਤੀ ਹੈ ਔਰ ਜ਼ਿਆਦਾ ਜਿਹੜਾ ਉਹ ਉਹ ਸਹਾਦਰ ਕਰਨਾ ਬਣਦਾ ਹੈ ਇਹੋ ਜੇ ਬੰਦਿਆਂ ਨਾਲੋਂ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਨੇ ਖੜ ਖਾਏ ਅੰਮ੍ਰਿਤ ਪ੍ਰਵਾਹ ਕੋ ਸਵਾਉ ਹੈ ਕਿ ਜਿਹੜੇ ਖਲ ਜਾਂ ਘਾਹ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦੀਆਂ ਨੇ ਮੱਜਾਂ گاਵਾਂ ਉਹ ਚੰਗੀਆਂ ਹੋਈਆਂ ਉਹਨਾਂ ਨਾਲੋਂ ਜਿਹੜਾ ਜਿਨ੍ਹਾਂ ਨੇ ਕਿਸੇ ਦੇ ਕੰਮ ਨਹੀਂ ਆਉਣਾ ਕੰਮ ਨਹੀਂ ਆਉਣਾ ਫਿਰ ਕਿਉਂਕਿ ਹਿੰਦੂ ਬਿਲੀਫ ਗਾਂ ਨਾਲ ਜੁੜਿਆ ਹੋਇਆ ਹੈ ਕਿ ਗਾਂ ਦਾ ਗੋਬਰ ਵੀ ਇਸਤੇਮਾਲ ਹੁੰਦਾ ਹੈ ਔਰ ਪੁਰਾਣੇ ਵੇਲੇ ਪੋਚੇ ਪਾਚੇ ਗੋਬਰ ਦੇ ਹੀ ਹੁੰਦੇ ਸੀ ਐਂਟੀਸੈਪਟਿਕ ਮੰਨਿਆ ਜਾਂਦਾ ਸੀ ਕੱਚੇ ਘਰਾਂ ਚ ਔਰ ਇਸੇ ਤਰ੍ਹਾਂ ਗਊ ਮੂਤਰ ਨੂੰ ਕਿੰਨੇ ਉਹਦੇ ਗੁਣ ਮੰਨੇ ਜਾਂਦੇ ਨੇ ਹੁਣ ਵੀ ਵੇਚੀ ਜਾਂਦੇ ਨੇ ਉਹਦਾ ਸੌਦਾ ਸੋ ਪਾਈ ਸਾਹਿਬ ਕਹਿੰਦੇ ਨੇ ਕਿ ਜੇ ਹਿੰਦੂ ਮਾਈਥੋਲੋਜੀ ਦੀ ਗੱਲ ਕਰੀਏ ਤੇ ਉਹ ਗੋਬਰ ਗਊ ਮੂਤਰ ਸੂਤਰ ਪਰਮ ਪਵਿੱਤਰ ਹੈ ਕਿ ਉਹ ਤਾਂ ਗਾਂ ਦਾ ਦੁੱਧ ਹੀ ਨਹੀਂ ਬਾਅਦ ਉਹਨੂੰ ਵੀ ਕੰਮ ਲੈਂਦੇ ਨੇ ਤੇ ਇਧਰ ਮਾਨਸ ਦੇ ਨਖਿਤ ਅੰਮ੍ਰਿਤ ਪਿਆਉ ਹੈ ਕਿ ਭਾਈ ਇਧਰ ਜਿਹੜਾ ਮਾਨਸ ਦੇ ਹੈ ਉਹ ਕੀ ਕਰਦੇ ਹੈ ਉਸ ਤੋਂ ਸਿਰਫ ਨਖਿਤ ਚੀਜ਼ਾਂ ਹੀ ਨਿਕਲਦੀਆਂ ਨੇ ਜਿਹੜੀਆਂ ਕਿਸੇ ਕੰਮ ਦੀਆਂ ਨਹੀਂ ਜਿਉਂਦਿਆਂ ਵੀ ਮਰਿਆਂ ਵੀ ਮਰਿਆਂ ਵੀ ਜੀ ਫਿਰ ਭਾਈ ਸਾਹਿਬ ਕਹਿੰਦੇ ਨੇ ਬਚਨ ਵਿਵੇਕ ਟੇਕ ਸਾਧਨ ਕੈ ਸਾਧ ਪੈ ਅਦਮ ਅਸਾਦ ਖਲ ਬਚਨ ਦੁਹਾਉ ਦੁਰਾਉ ਕੇ ਜਿਨ੍ਹਾਂ ਦਾ ਮਨ ਬਚਨ ਦੇ ਉੱਤੇ ਜਿਨ੍ਹਾਂ ਦਾ ਗਿਆਨ ਟਿਕ ਗਿਆ ਜਿਨ੍ਹਾਂ ਨੇ ਸਹਾਰਾ ਉਸ ਗੁਰੂ ਦੇ ਬਚਨ ਦਾ ਗੁਰੂ ਦੇ ਵਿਵੇਕ ਦੇ ਉੱਤੇ ਜਿਨ੍ਹਾਂ ਨੇ ਆਪਣਾ ਮਨ ਟਿਕਾ ਲਿਆ ਸਾਧਨ ਕੇ ਸਾਧਵੇ ਉਹ ਭਲੇ ਤੋਂ ਵੀ ਭਲੇ ਬਣ ਜਾਂਦੇ ਨੇ ਅਧਮ ਅਸਾਧ ਖਲ ਬਚਨ ਦੁਰਾਉ ਹੈ ਪਰ ਜਿਹੜਾ ਉਸ ਰੱਬ ਨਾਲੋਂ ਟੁੱਟਾ ਹੋਇਆ ਹੈ ਗੁਰੂ ਨਾਲੋਂ ਉਹ ਤਾਂ ਅਧਮ ਹੈ ਘਟਿਆ ਹੈ ਲੋਲੀ ਹੈ ਅਸਾਧ ਹੈ ਬਿਲਕੁਲ ਈਵਲ ਹੈ ਜੀ ਔਰ ਖਲ ਮੂਰਖ ਹੈ ਉਸ ਦਾ ਜਿਹੜਾ ਉਹ ਬਿਲਕੁਲ ਉਹ ਦੁਰਾਉ ਦੇ ਵਿੱਚ ਦੁਰ ਚੀਜ਼ਾਂ ਦੇ ਵਿੱਚ ਉਸ ਦੀ ਸੁਰਤ ਫਸੀ ਹੁੰਦੀ ਹੈ ਈਵਲ ਐਂਡ ਫੁਲਿਸ਼ ਹੈ ਰਸਨਾ ਅੰਮ੍ਰਿਤ ਰਸ ਰਸ ਕਰ ਰਸਾਇਣ ਹੋਏ ਤੇ ਜਿਹੜੇ ਰੱਬ ਨਾਲ ਜੁੜੇ ਹੋਏ ਬੰਦੇ ਨੇ ਉਹ ਕਿਉਂਕਿ ਰੱਬ ਦੇ ਨਾਲ ਜੁੜ ਕੇ ਹੋਰ ਵੀ ਉਹਨਾਂ ਦੇ ਅੰਦਰ ਰਸਾਇਣ ਰਸ ਪੈਦਾ ਹੁੰਦੇ ਔਰ ਉਹ ਹੋਰ ਵੀ ਸੇਂਟਲੀ ਹੋ ਜਾਂਦੇ ਨੇ ਮਾਨਸ ਬਖੈ ਤਰ ਤੇ ਜਿਹੜੇ ਮਨੁੱਖ ਬਖ ਦੇ ਵਿੱਚ ਦੁਰਾਚਾਰ ਦੇ ਵਿੱਚ ਬਖਿਆਂ ਦੇ ਵਿੱਚ ਕਾਮ ਕ੍ਰੋਧ ਚ ਫਸਦੇ ਨੇ ਬਖਮ ਬਖ ਤਾਉ ਹੈ ਉਹ ਇਵੇਂ ਡਰਾਉਣੇ ਹੁੰਦੇ ਨੇ ਜਿਵੇਂ ਤਾਉ ਕਹਿੰਦੇ ਨੇ ਸਨੇਕ ਨੂੰ ਜੀ ਕਿ ਭੀ ਉਹ ਸੱਪ ਵਾਂਗ ਡਰਾਉਣੇ ਹੁੰਦੇ ਨੇ ਔਰ ਉਹਨਾਂ ਦੇ ਅੰਦਰ ਸੱਪ ਦਾ ਜ਼ਹਿਰ ਹੀ ਇਕੱਠਾ ਹੁੰਦਾ ਹੈ ਜਦੋਂ ਕਿ ਰੱਬ ਦੇ ਰਸਤੇ ਤੇ ਤੁਰੇ ਜਿਹੜੇ ਨੇ ਉਹ ਅਮਰਤ ਦੇ ਫਾਉਂਟੇਨ ਹੁੰਦੇ ਨੇ ਔਰ ਉਹਨਾਂ ਦੀ ਰਸਨਾ ਚੋਂ ਅਮਰਤੀ ਜਿਹੜਾ ਹੈ ਉਹ ਨਿਕਲਦਾ ਔਰ ਉਹ ਚਾਰ ਜਫੇਰੇ ਭਲਾਈ ਔਰ ਸਰਬੱਤ ਦੇ ਭਲੇ ਦੇ ਜਿਹੜੇ ਨੇ ਉਹ ਚੰਡਾ ਬਰਦਾਦ ਬਣਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸਨ ਆਪਣੀ ਵੀਅਰਸ ਕੋਲੇ ਨੇ ਇਜਾਜ਼ਤ ਵੀਅਰਸ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਪਹੁੰਚਣਾ ਸਾਡੇ ਇਸ ਪਤੇ ਤੇ s o s 84. ਟੀਵੀ ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਅਰ ਦੁਆਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪਿੰਨਰ ਸਾਨੂੰ ਅਗਿਆ ਦੋ ਦੇਖਦੇ ਰਹੀਏ ਟੀਵੀ 24 ਬਲਾਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ